घुट पानी नहीं तू दे सकिया, जा तेन फिर दर्शन नहीं जे देन लगा। वचन हो गया गुरसिख का। घर चले गए, पूजा करनी शुरू करी, छा चित नहीं लग रहा। वो आवाज़ कन्ना च पै सुनी जाती है, दर्शन नहीं जे देन लगा, दर्शन नहीं जे देन लगा। दोहां नूं रसना आया जे तार तो उखड़ते ने, हर बारी उखड़ते, साज नहीं बज रहे सही, सितार नहीं बज रही। उहदे बाद कहन लगे भी जब समाप्ति हो भी चलो उहनूं पानी पिलाइए। जब उत्थे आए तो उत्थे की देखते हैं, रायपुर दी राणी भी खड़ी है, बहुत सारे लोग खड़े ने, ते नाल उह भी पहुँच गई। कहन लगे जे गुरसिख उत्थे ना हुंदा तां साडा तां बहुत बुरा हाल होना सी, डाकू बड़े भयानक सी, इहने उहनां नूं तां नठाता, पर आप बड़े करारे फट खा ले इसने। पर हुण बेचारा पानी की तलाश च आया सी, इत्थे पानी का दो घुट ना किसी ने पिलाए। राणी रो रही है भी मेरे राज विच गुरु करंगी धरदा गुरसिख पानी तो प्यासा मर जाए, भी कोई भी नहीं सी मेरे राज के अंदर भी जिहड़ा पानी दो घुट पिला आंदा। अफसोस हो रहा सारिआं दे बंदा। वह भी आ गए, कहन लगे इहने साते पानी मंगिया सी, असीं देवता की पूजा करन वास्ते लैके जा रहे सी, ते असीं कहा भी सुच्चा पानी लै जी, ते असीं जद हुण आए तां इह चढ़ाई कर गया, हुण बाल्टियां भरियां हुईआं साडे कोल, हुण कौण पीवे। ये गल समझण वाली है साध संगत जी, परमेश्वर किवें प्रसन्न हुंदा। संगत श्रीनगर गुरु साहब गए हुए ने, ते बारामूले तो संगत आउंदी है, फल ताजे तोड़ के शब्द पढ़ते जाते ने। रस्ते विच भाई कट्टू उन्हां नूं खंघ होई हुई सी, वो कहन लगे भी साध संगत जी कित्थे जा रहे हो? कहिंदे गुरु छेवें पातशाह दे दर्शनां नूं जा रहे हां। इह की चक्किआ तुसीं? कहिंदे टोकरा ताजे फलां दा है, इह बर्तन च की है? कहिंदे इहदे च शहद है। कहिंदे चंगा होया मैनूं खंघ होई हुई है, थोड़ा जिहा शहद दो मैनूं। वो कहिंदे वाह भाई वाह भाई कट्टू, इह गुरु छेवें पातशाह वास्ते लिजा रहे हां सुच्चा सुच्चा, ते तूं राह विच झूठा कर दे। ਇਹ ਸਾਡੇ ਮਨਾਂ 'ਚ ਵੀ ਇਹ ਗੱਲਾਂ ਸਮਾ ਜਾਇਆ ਕਰਦੀਆਂ ਨੇ ਅਣਜਾਣਪੁਣੇ 'ਚ। ਉੱਥੇ ਜਦ ਗੁਰੂ ਮਹਾਰਾਜ ਦੇ ਹਜ਼ੂਰ ਜਾ ਕੇ ਫਲਾਂ ਦਾ ਟੋਕਰਾ ਰੱਖਿਆ, ਸ਼ਹਿਦ ਰੱਖਿਆ, ਮਹਾਰਾਜ ਕਹਿੰਦੇ ਭਾਈ ਇਹ ਟੋਕਰੇ 'ਚੋਂ ਦੁਰਗੰਧ ਕਿਹੋ ਜਿਹੀ ਆ ਰਹੀ ਹੈ? ਜਿਵੇਂ ਗਲੇ ਹੋਏ ਫਲ ਹੁੰਦੇ ਨੇ। ਸੱਚੇ ਪਾਤਸ਼ਾਹ ਜੀ ਤਾਂ ਚੱਲ ਤਾਜ਼ੇ ਲੈ ਕੇ ਆਇਆ, ਅੱਜ ਸਵੇਰੇ ਬਾਰਾਮੂਲੇ ਤੋਂ ਚੱਲੇ ਸੀ ਅਤੇ ਤਾਜ਼ੇ ਨੇ। ਮਹਾਰਾਜ ਕਹਿੰਦੇ ਚੱਕੋ ਤਾਂ ਇਹ ਲਾਲ ਕੱਪੜਾ। ਉਹ ਜਦ ਚੱਕਿਆ ਉਹ ਸਾਰੇ ਫਲ ਗਲੇ ਹੋਏ, ਬਹੁਤ ਹੈਰਾਨ ਹੋ ਗਏ। ਕਹਿੰਦੇ ਬਰਤਨ 'ਚ ਕੀ ਹੈ? ਕਹਿੰਦੇ ਸੱਚੇ ਪਾਤਸ਼ਾਹ ਤਾਜ਼ਾ ਸ਼ਹਿਦ, ਬਹੁਤ ਸੋਧ ਦੇ ਨਾਲ ਅਸੀਂ ਲਿਆਂਦਾ, ਬੱਚੇ ਜਿਹੜੇ ਨੇ ਉਹ ਨਹੀਂ ਵਿਚਲੇ, ਸ਼ਹਿਦ ਨਿਚੋੜਿਆ ਆਪਣੇ ਆਪ ਹੀ। ਕਹਿੰਦੇ ਦਿਖਾਓ ਤਾਂ। ਜਿਸ ਵਕਤ ਖੋਲ੍ਹਿਆ, ਕੀੜੇ ਕੁਰਵਲ ਕੁਰਵਲ ਕਰਦੇ ਫਿਰਦੇ, ਸੰਗਤ ਉਦਾਸ ਹੋ ਗਈ, ਰੋਣ ਲੱਗ ਗਈ। ਕਹਿੰਦੇ ਪਾਤਸ਼ਾਹ ਕੀ ਸਤੇ ਉੱਗਰ ਪਾਪ ਹੋ ਗਿਆ ਵੀ ਜਿਹੜਾ ਤੁਹਾਨੂੰ ਪ੍ਰਵਾਨ ਨਹੀਂ ਹੋ ਸਕਿਆ, ਤੁਹਾਡੇ ਤਾਈਂ ਪਹੁੰਚ ਨਹੀਂ ਸਕਿਆ? ਮਹਾਰਾਜ ਕਹਿੰਦੇ ਪਿਆਰਿਓ, ਜਦ ਮੈਂ ਹੱਥ ਕੱਟ ਕੇ ਆਇਆ ਇੱਥੋਂ ਤੇ ਮੰਗਿਆ ਸੀ ਨਾ ਵੀ ਥੋੜ੍ਹਾ ਜਿਹਾ ਸ਼ਹਿਦ ਮੇਰੇ ਹੱਥ 'ਤੇ ਪਾ ਦਿਉ, ਜਦ ਤਾਂ ਤੁਸੀਂ ਮੈਨੂੰ ਦਿੱਤਾ ਨਹੀਂ, ਅਤੇ ਹੁਣ ਬੁਸਿਆ ਸ਼ਹਿਦ ਮੇਰੇ ਕੋਲ ਲਿਆਏ, ਕੀੜੇ ਪਏ ਹੋਏ ਬੁਸੇ ਹੋਏ ਫਲ ਲਿਆਏ, ਮੈਂ ਇੱਕ ਫਲ ਮੰਗਿਆ ਸੀ ਥੋਤੇ ਇੱਕ ਇਹ ਮੰਗਿਆ। ਮਹਾਰਾਜ ਉਹ ਤਾਂ ਭਾਈ ਕੱਟੂ ਸੀ। ਕਹਿੰਦੇ ਭਾਈ ਕੱਟੂ ਉਹ ਭੇਦ ਅਵਸਥਾ ਦਾ ਗੁਰਸਿੱਖ ਹੈ, ਮੇਰੇ ਯਾਰ ਉਹਦੇ 'ਚ ਕੋਈ ਫਰਕ ਨਹੀਂ ਹੈ, ਜਿਹੜੇ ਮੇਰੇ ਵਿੱਚ ਭੇਦ ਹੋ ਗਏ ਉਹ ਮੇਰੇ ਹੀ ਹੋਇਆ ਕਰਦੇ ਨੇ, ਮੇਰਾ ਹੀ ਰੂਪ ਹੈ ਮੇਰੇ ਹੀ ਬਣ ਗਏ, ਮੇਰਾ ਹੀ ਰੂਪ ਹੈ ਮੇਰੇ ਹੀ ਬਣ ਗਏ, ਜਿਹੜੇ
ਮੇਰੇ ਤੇ ਭਰੋਸਾ ਰੱਖਦੇ ਆ, ਮੈਨੂੰ ਪਿਆਰ ਕਰਦੇ ਨੇ, ਮੇਰੇ ਪਿਆਰ ਵਿੱਚ ਰਹਿੰਦੇ ਨੇ, ਉਹ ਤਾਂ ਮੇਰਾ ਹੀ ਰੂਪ ਹੈ ਪ੍ਰੇਮੀਓ। ਮੈਂ ਹੀ ਸੀਗਾ ਜਦ ਹੱਥ ਕੱਢ ਕੇ ਥੋਤੇ ਮੰਗਿਆ ਸੀ। ਪਾਤਸ਼ਾਹ ਬਹੁਤ ਸਖਤ ਭੁੱਲ ਹੋ ਗਈ, ਇਹਦਾ ਪ੍ਰਾਸ਼ਚਿਤ ਕਿਸ ਤਰ੍ਹਾਂ ਨਾਲ ਹੋਏ। ਕਹਿਣ ਲੱਗੇ ਤੁਸੀਂ ਜਾਓ ਭਾਈ ਕੱਟੂ ਪਾਸ, ਉਹਨੂੰ ਪ੍ਰਸੰਨ ਕਰੋ। ਮੁੜ ਕੇ ਆ ਗਏ ਭਾਈ ਕੱਟੂ, ਸਾਤੇ ਬੜੀ ਭੁੱਲ ਹੋ ਗਈ। ਕਹਿਣ ਲੱਗੇ ਹੁਣ ਤਾਂ ਮੈਨੂੰ ਲੋੜ ਨਹੀਂ ਜਦੇ ਸੀਗੀ, ਹੁਣ ਨਹੀਂ ਮੈਨੂੰ ਕੋਈ ਲੋੜ। ਚੰਗਾ, ਤੁਹਾਡੇ ਫਲ, ਤੁਸੀਂ ਉਦਾਸ ਹੋ, ਠੀਕ ਹੋ ਜਾਣਗੇ। ਸੋ ਗੁਰੂ ਵਿੱਚ ਫਰਕ ਨਹੀਂ ਹੋਇਆ ਕਰਦਾ। ਇਹ ਪੀੜਾ ਜਿਹੜੀ ਹੈ ਸਿੱਖ ਦੀ ਨਹੀਂ ਸੀਗੀ, ਇਹ ਗੁਰੂ ਤੱਕ ਪੀੜਾ ਪਹੁੰਚਦੀ ਹੈ। ਕਹਿਣ ਲੱਗੇ ਪਿਆਰਿਆ ਪਰਮੇਸ਼ੁਰ ਨੂੰ ਪਛਾਣ, ਜੇ ਨਹੀਂ ਪਛਾਣਿਆ ਐਂ ਨਹੀਂ ਪਰਮੇਸ਼ੁਰ ਦਰਸ਼ਨ ਦੇਣ ਲੱਗਾ, ਤੈਨੂੰ ਜਾਣਾ ਪਊਗਾ ਕਿਸੇ ਗੁਰੂ ਦੇ ਕੋਲ। ਉਸ ਵੇਲੇ ਚਿੱਤ ਨਹੀਂ ਲੱਗਦਾ, ਹੰਝੂ ਜਾਂਦੇ ਨੇ ਅੱਖਾਂ 'ਚੋਂ ਵੀ ਬੜਾ ਭਾਰਾ ਪਾਪ ਹੋ ਗਿਆ। ਅਸੀਂ ਤਾਂ ਇਹੋ ਜਿਹੇ ਪਾਪ ਦੀ ਇੱਛਾ ਕੋਈ ਨਹੀਂ ਸੀ ਰੱਖਦੇ, ਸਹਿ ਸੁਭਾਅ ਇਹ ਗੱਲ ਬਣ ਗਈ, ਹੁਣ ਹੋਊਗੀ। ਪੂਜਾ ਵਿੱਚ ਜਾਂਦੇ ਨੇ ਚਿੱਤ ਨਹੀਂ ਲੱਗਦਾ, ਸਤਾਰ ਵਜਾਉਂਦੇ ਨੇ ਉੱਖੜਦੀ ਆ, ਭਜਨ ਗਾ ਨਹੀਂ ਸਕਦੇ, ਜੇ ਗਾਉਂਦੇ ਆ ਜ਼ੋਰੋ ਜ਼ੋਰੀ ਹੱਠ ਨਾਲ ਤਾਂ ਥੱਕ ਜਾਂਦੇ ਨੇ।